ਇਸੇ ਤਰ੍ਹਾਂ ਯਾਦ ਆ ਗਿਆ ਕਿ ਹਜ਼ੂਰ ਮਹਾਰਾਜ ਬਾਬਾ ਸੋਹਣ ਸਿੰਘ ਦੇ ਵਕਤ 47 ਦੇ ਪਹਿਲਾਂ ਹਜ਼ੂਰ ਜਿੱਥੇ ਦੌਰੇ ਜਾਂਦੇ ਹੁੰਦੇ ਸਨ ਅਤੇ ਪਹਿਲਾਂ ਬੀਬੀ ਲਾਜੋ ਅਤੇ ਹੋਰ ਜਿਹੜੇ ਵੱਡੇ ਵੱਡੇ ਅਫਸਰ ਹੁੰਦੇ ਉਹਨਾਂ ਨੂੰ ਭੇਜ ਦਿੰਦੇ ਸੀ ਇੰਤਜ਼ਾਮ ਵਾਸਤੇ, ਦੇਖਭਾਲ ਕਰਨ ਵਾਸਤੇ। ਜਿਸ ਘਰ ਦੌਰਾ ਸੀ ਉਹ ਸ਼ਰਦੀ ਪੂਰਾ ਸੀ, ਪਿਆਰ ਪੂਰਾ ਸੀ, ਲੇਕਿਨ ਹੈ ਗਰੀਬ ਸੀ। ਉਸਨੇ ਜਿਹੜੀ ਕਪਾਹ ਦੀ ਬਛੀਤੀ ਹੁੰਦੀ ਹੈ ਉਹਦਾ ਕਰਿਆਣਾ ਜਿਹਾ ਬਣਾ ਕੇ ਇੱਕ ਗੁਸਲਖਾਨਾ ਬਣਾ ਲਿਆ, ਇੱਕ ਉਸਦਾ ਕਰਿਆਣਾ ਬਣਾ ਕੇ ਇੱਕ ਕਿਚਨ ਬਣਾ ਲਈ। ਕੱਖਾਂ ਦੀ ਉਹ ਉਹਨਾਂ ਦੀ ਝੌਂਪੜੀ ਸੀ, ਅੱਧਾ ਵਿੱਚ ਪਰਦਾ ਲਾ ਕੇ ਅਤੇ ਇੱਕ ਹਜ਼ੂਰ ਵਾਸਤੇ ਕਮਰਾ ਵੱਖਰਾ ਬਣਾ ਲਿਆ। ਹੁਣ ਜਿਹੜੇ ਪੱਕੇ ਮਕਾਨਾਂ 'ਚੋਂ ਗਏ, ਦਛੱਤਿਆਂ ਵਿੱਚੋਂ ਗਏ, ਕੁਰਸੀਆਂ ਤੋਂ ਉੱਠ ਕੇ ਗਏ, ਉਹਨਾਂ 'ਤੇ ਪਸੰਦ ਆਉਂਦਾ ਸੀ। ਉਹ ਦੇਖ ਕੇ ਮੂੰਹ ਸਿਰ ਉਹਦਾ ਪਰਾ ਕਰਦੇ ਸੀ। ਜਦੋਂ ਹਜ਼ੂਰ ਪਹੁੰਚੇ, ਦੇਖਿਆ ਗੁਸਲਖਾਨਾ ਅਤੇ ਕਹਿਣ ਲੱਗੇ ਬੀਬੀ ਲਾਜੋ ਨੂੰ ਵਧੀਆ ਬਣੇ, ਇੱਕ ਨੰਬਰ, ਦੇਖ ਕਿਤਨਾ ਸੋਹਣਾ ਹੈਗਾ ਹੈ। ਜਦੋਂ ਕਿਚਨ ਦੇਖੀ ਅਤੇ ਕਹਿਣ ਲੱਗੇ ਵਾਹ ਵਾਹ, ਇਹ ਬਹੁਤ ਹੀ ਸੋਹਣੀ ਬਣੀ ਹੈ ਜੀ। ਜਦੋਂ ਅੰਦਰ ਗਏ ਕੱਖਾਂ ਦੀ ਝੌਂਪੜੀ, ਕਹਿਣ ਲੱਗੇ ਦੇਖ ਇੱਕ ਇੱਕ ਕੱਖ ਜਿਹੜਾ ਇਹ ਮੋਤੀਆਂ ਦੀ ਤਰ੍ਹਾਂ ਚਮਕ ਰਿਹਾ, ਕਿਤਨੀ ਖੁਸ਼ੀ ਆਉਂਦੀ ਹੈ ਇਹਦੇ ਵਿੱਚ। ਜਦੋਂ ਖਾਣਾ ਖਾਣ ਲੱਗੇ ਉਸ ਬੀਬੀ ਨੇ ਇਹ ਜਾਣੇ ਘਿਓ ਜੋੜਿਆ ਸੀ ਕਿ ਜਦੋਂ ਵੀ ਮੇਰੇ ਸਤਿਗੁਰ ਆਏਗਾ ਮੈਂ ਉਸਨੂੰ ਇਹ ਘਿਓ ਦੇਣਾ। ਜਦੋਂ ਖਾਣਾ ਖਾਣ ਲੱਗੇ ਗੁਰੂ ਸਾਹਿਬ ਅਤੇ ਕਹਿਣ ਲੱਗੇ ਬੀਬੀ ਜੀ ਉਹ ਲਿਆ ਨਾ ਜਿਹੜਾ ਘਿਓ ਮੇਰੇ ਵਾਸਤੇ ਜੋੜੇ, ਜਿਹੜਾ ਘਿਓ ਜੋੜਿਆ ਮੇਰੇ ਵਾਸਤੇ ਲਿਆ ਦੇ ਮੈਨੂੰ। ਕਹਿਣ ਲੱਗੀ ਜੀ ਲਿਆਉਣੀ। ਸੈਂਤ ਪਿਆਰ ਦੇਖਦੇ ਆ, ਉਹਨਾਂ ਨੇ ਸਾਡੀ ਸਫੈਦ ਪੋਸ਼ੀ ਨਹੀਂ ਦੇਖਣੀ, ਸਾਡੇ ਮਕਾਨ ਨਹੀਂ ਦੇਖਣੇ, ਸਾਡੇ ਪੈਸੇ ਨਹੀਂ ਦੇਖਣੇ, ਉਹਨਾਂ ਸਾਡਾ ਪਿਆਰ ਦੇਖਣਾ ਕਿ ਪਿਆਰ ਕੀ ਹੈ। ਘਿਓ ਲਿਆ ਜਿਹੜਾ ਤੂੰ ਜੋੜਿਆ ਲਿਆ ਸਾਡੇ ਵਾਸਤੇ। ਉਹਨਾਂ ਕੱਖਾਂ ਦੇ ਵਿੱਚ ਹੀ ਗੁਰੂ ਸਾਹਿਬ ਜੀ ਇੰਨੇ ਖੁਸ਼ ਹੋਏ ਕਿ ਜਿਹਦਾ ਹਿਸਾਬ ਕੋਈ ਨਹੀਂ। ਪਰ ਦੂਸਰੇ ਜਿਹੜੇ ਹੋਰ ਗਏ ਸੀ ਕੁਰਸੀਆਂ 'ਤੇ ਉੱਠ ਕੇ, ਉਹਨਾਂ 'ਚ ਥੋੜ੍ਹੀ ਖੁਸ਼ੀ ਉਹ ਆ ਸਕਦੀ ਸੀ। ਉਹ ਤਾਂ ਉਹਨਾਂ 'ਚ ਖੁਸ਼ੀ ਆ ਸਕਦੀ ਕਿ ਇਹਨਾਂ ਦੇ ਅੰਦਰ ਪਿਆਰ ਦੀ ਠੋਕਰ ਪਈ ਸੀ।